ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਅਤੇ Facebook ਪੇਜ ਬਲਜੀਤ ਸਿੰਘ ਦਿੱਲੀ ਤੇ ਬਹੁਤ ਬਹੁਤ ਸਵਾਗਤ ਹੈ। ਆਸ ਹੈ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਘੈਂਟ ਗੱਲਾਂ ਪ੍ਰੋਗਰਾਮ ਦਾ ਇੱਕ ਨਵਾਂ ਐਪੀਸੋਡ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਘੈਂਟ ਗੱਲਾਂ ਪ੍ਰੋਗਰਾਮ ਦੇ ਵਿੱਚ ਆਪਾਂ ਨਰਿੰਦਰ ਸਿੰਘ ਕਪੂਰ ਹੋਣਾ ਦੇ ਵੱਲੋਂ ਲਿਖੀ ਹੋਈ ਕਿਤਾਬ ਮਾਲਾ ਮਣਕੇ ਦੀ ਵਿਚਾਰ ਜਿਹੜੀ ਹੈ ਉਹ ਕਰ ਰਹੇ ਹਾਂ ਅਤੇ ਇੱਕ ਨਵੀਂ ਘੈਂਟ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਹਾਂ। ਨਰਿੰਦਰ ਸਿੰਘ ਕਪੂਰ ਲਿਖਦੇ ਨੇ, ਜੇ ਵਰਤੀ ਨਾ ਜਾਵੇ ਤਾਂ ਯੋਗਤਾ ਅਯੋਗਤਾ ਬਣ ਜਾਂਦੀ ਹੈ। ਕਿਸੇ ਦੇ ਅੰਦਰ ਨਾ ਕੋਈ ਯੋਗਤਾ ਹੈ, ਕੋਈ ਕੁਆਲਿਟੀ ਹੈ, ਜੇ ਉਸ ਯੋਗਤਾ ਦੀ ਵਰਤੋਂ ਨਾ ਕੀਤੀ ਜਾਵੇ ਤੇ ਉਹ ਯੋਗਤਾ ਜਿਹੜੀ ਹੈ ਫਿਰ ਯੋਗਤਾ ਥੋੜ੍ਹੀ ਨਾ, ਉਹ ਤੇ ਅਯੋਗਤਾ ਹੋ ਗਈ ਨਾ। ਮੰਨ ਲਓ ਸਾਡੇ ਘਰ ਦੇ ਵਿੱਚ ਕੋਈ ਬਿਮਾਰ ਹੋ ਗਿਆ, ਆਪਾਂ ਉਸ ਨੂੰ ਹੌਸਪੀਟਲ ਲੈ ਕੇ ਗਏ ਕਿ ਇਹਦਾ ਇਲਾਜ ਕਰਵਾਉਂਦੇ ਹਾਂ, ਫਲਾਣੇ ਹੌਸਪੀਟਲ ਦੇ ਵਿੱਚ ਲੈ ਕੇ ਚੱਲਦੇ ਹਾਂ, ਉੱਥੇ ਡਾਕਟਰ ਜਿਹੜਾ ਹੈ ਉਹ ਇਲਾਜ ਕਰੇਗਾ। ਹੁਣ ਅਸੀਂ ਤਾਂ ਇਹ ਸੋਚ ਕੇ ਲੈ ਕੇ ਗਏ ਹਾਂ ਕਿ ਡਾਕਟਰ ਇਲਾਜ ਕਰੇਗਾ, ਉਹਦੇ ਵਿੱਚ ਇਹ ਯੋਗਤਾ ਹੈ, ਉਹ ਇਲਾਜ ਕਰ ਸਕਦਾ ਹੈ। ਪਰ ਜੇ ਉਹ ਡਾਕਟਰ ਕਹੇ ਕਿ ਮੈਂ ਤਾਂ ਜੀ ਇਲਾਜ ਕਰਨਾ ਹੀ ਨਹੀਂ, ਯੋਗਤਾ ਹੈ ਉਹਦੇ ਵਿੱਚ ਪਰ ਉਹ ਕਹੇ ਮੈਂ ਤਾਂ ਇਲਾਜ ਕਰਨਾ ਹੀ ਨਹੀਂ, ਹੁਣ ਦੱਸੋ ਉਸ ਡਾਕਟਰ ਦੀ ਜਿਹੜੀ ਯੋਗਤਾ ਹੈ ਉਹ ਕਿਸ ਕੰਮ ਦੀ ਹੈ? ਉਹ ਯੋਗਤਾ ਜਿਹੜੀ ਹੈ ਨਾ ਉਹ ਅਯੋਗਤਾ ਹੀ ਬਣ ਗਈ ਹੈ। ਕਿਉਂ? ਕਿਉਂਕਿ ਉਹ ਯੋਗਤਾ ਕਿਸੇ ਦੇ ਕੰਮ ਨਹੀਂ ਆਈ, ਠੀਕ ਹੈ ਨਾ। ਇਸ ਕਰਕੇ ਇੱਥੇ ਨਰਿੰਦਰ ਸਿੰਘ ਕਪੂਰ ਲਿਖਦੇ ਨੇ, ਜੇ ਵਰਤੀ ਨਾ ਜਾਵੇ ਤਾਂ ਯੋਗਤਾ ਅਯੋਗਤਾ ਬਣ ਜਾਂਦੀ ਹੈ। ਇਸ ਕਰਕੇ ਤੁਹਾਡੇ ਵਿੱਚ ਜੇ ਕੋਈ ਯੋਗਤਾ ਹੈ, ਜੇ ਕੋਈ ਕੁਆਲਿਟੀ ਹੈ, ਤੇ ਉਸ ਯੋਗਤਾ ਦੀ ਵਰਤੋਂ ਜ਼ਰੂਰ ਕਰੋ। ਜੇ ਨਹੀਂ ਕਰੋਗੇ ਨਾ ਤੇ ਉਹ ਯੋਗਤਾ ਜਿਹੜੀ ਹੈ ਨਾ ਅਯੋਗਤਾ ਗਿਣੀ ਜਾਏਗੀ ਫਿਰ। ਕਿਉਂ? ਕਿਉਂਕਿ ਉਹਦੀ ਵਰਤੋਂ ਹੀ ਨਹੀਂ ਹੋ ਰਹੀ। ਤੁਹਾਡੇ ਅੰਦਰ ਕੋਈ ਵੀ ਕੁਆਲਿਟੀ ਹੈ, ਜੇ ਤੁਸੀਂ ਕਿਸੇ ਦੇ ਕੰਮ ਆ ਸਕਦੇ ਹੋ ਤੇ ਤੁਹਾਨੂੰ ਕਿਸੇ ਦੇ ਕੰਮ ਆਉਣਾ ਚਾਹੀਦਾ ਹੈ। ਜੇ ਤੁਸੀਂ ਆਪਣੇ ਕੰਮ ਆ ਸਕਦੇ ਹੋ ਤੇ ਆਪਣੇ ਕੰਮ ਆਓ, ਇਹ ਨਹੀਂ ਕਿ ਤੁਹਾਡੇ ਅੰਦਰ ਕੋਈ ਕੁਆਲਿਟੀ ਹੈ ਤੇ ਤੁਸੀਂ ਉਸ ਕੁਆਲਿਟੀ ਦੀ ਵਰਤੋਂ ਹੀ ਨਹੀਂ ਕਰ ਰਹੇ, ਠੀਕ ਹੈ ਨਾ। ਤੁਹਾਡੇ ਅੰਦਰ ਕੋਈ ਯੋਗਤਾ ਹੈ ਤੇ ਤੁਸੀਂ ਕਿਸੇ ਦੇ ਕੰਮ ਹੀ ਨਹੀਂ ਆ ਰਹੇ, ਸਮਾਜ ਦੇ ਕੰਮ ਨਹੀਂ ਆ ਰਹੇ। ਜੇ ਤੁਹਾਡੇ ਅੰਦਰ ਕੋਈ ਗੁਣ ਹੈਗਾ ਹੈ, ਕੋਈ ਕੁਆਲਿਟੀ ਹੈ, ਤੇ ਉਹਦੀ ਵਰਤੋਂ ਜ਼ਰੂਰ ਕਰੋ। ਜੇ ਵਰਤੋਂ ਕਰੋਗੇ ਤਾਂ ਵਧੀਆ ਗੱਲ ਹੈ, ਜੇ ਵਰਤੋਂ ਨਹੀਂ ਕਰੋਗੇ ਤੇ ਬਸ ਕੰਮ ਖਰਾਬ ਜਿਹੜਾ ਹੈ ਉਹ ਹੋ ਜਾਏਗਾ, ਉਹ ਯੋਗਤਾ ਜਿਹੜੀ ਹੈ ਨਾ ਅਯੋਗਤਾ ਦੇ ਵਿੱਚ ਇੱਕ ਨਾ ਇੱਕ ਦਿਨ ਤਬਦੀਲ ਹੋ ਜਾਏਗੀ ਕਿਉਂਕਿ ਉਹਦੀ ਵਰਤੋਂ ਨਹੀਂ ਹੋ ਰਹੀ। ਸੋ ਜੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੇ ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸਿਓ ਵੀਡੀਓ ਜਿਹੜੀ ਹੈ ਉਹ ਕਿਹੋ ਜਿਹੀ ਲੱਗੀ, ਕਮੈਂਟ ਜ਼ਰੂਰ ਕਰਿਆ ਕਰੋ, ਮੋਟੀਵੇਸ਼ਨ ਮਿਲਦੀ ਹੈ। ਅਤੇ ਇਹਦੇ ਨਾਲ ਨਾਲ ਇੱਕ ਗੱਲ ਹੋਰ ਚੇਤੇ ਰੱਖਿਓ, ਜੇ ਤੁਸੀਂ ਅਜੇ ਤੱਕ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਦਬਾ ਦਿਓ, ਆਲ 'ਤੇ ਕਲਿੱਕ ਕਰਿਓ। ਬਾਏ, ਧੰਨਵਾਦ।